ਯਹੀਆ ਖਾਨ ਲਾਹੌਰ ਦਾ ਗਵਰਨਰ, ਜ਼ਕਰੀਆ ਖਾਨ ਦਾ ਮੁੰਡਾ, ਜ਼ਕਰੀਆ ਖਾਨ ਜਿਸ ਨੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ। ਜ਼ਕਰੀਆ ਖਾਨ ਨੇ ਵੱਡੇ ਭਰਾ ਲਖਪਤ ਰਾਏ ਨੂੰ ਲਾਹੌਰ ਦਾ ਦੀਵਾਨ ਲਗਾਇਆ ਸੀ ਤੇ ਜਸਪਤ ਰਾਏ ਛੋਟੇ ਨੂੰ ਅਹਿਮਦਾਬਾਦ ਦਾ ਸੂਬੇਦਾਰ ਲਗਾਇਆ ਸੀ। ਇਹਨਾਂ ਨੂੰ ਮੁਗਲਾਂ ਦੀ ਪੂਰੀ ਸਹਿ ਸੀ ਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਂਦਾ ਸੀ ਜਸਪਤ ਰਾਏ। 1746 ਈਸਵੀ ਦੀ ਗੱਲ ਹੈ, ਵਿਸਾਖੀ ਵਾਲੇ ਦਿਨ ਦੀ ਗੱਲ ਹੈ। ਸਿੱਖਾਂ ਦਾ ਇੱਕ ਜਥਾ ਅਹਿਮਦਾਬਾਦ ਨੂੰ ਜਾ ਰਿਹਾ ਸੀ ਕਿਉਂਕਿ ਵਿਸਾਖੀ ਵਾਲੇ ਦਿਨ ਉਹਨਾਂ ਨੇ ਗੁਰਦੁਆਰਾ ਰੌੜੀ ਸਾਹਿਬ ਦੇ ਵਿੱਚ ਮੱਥਾ ਟੇਕਣਾ ਸੀ। ਸੰਗਤਾਂ ਭੁੱਖੀਆਂ ਹੁੰਦੀਆਂ ਨੇ ਅਤੇ ਥੱਕੀਆਂ ਹੁੰਦੀਆਂ ਨੇ, ਉਹ ਰਸਤੇ ਦੇ ਵਿੱਚ ਲੰਗਰ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਜਸਪਤ ਰਾਏ ਨੂੰ ਇਸ ਗੱਲ ਦਾ ਕਿਤਿਓਂ ਪਤਾ ਲੱਗ ਜਾਂਦਾ ਹੈ ਤੇ ਉਹ ਆਪਣੀ ਫੌਜ ਨੂੰ ਭੇਜਦਾ ਹੈ ਤੇ ਫੌਜੀ ਆ ਕੇ ਰੋਹਬ ਮਾਰ ਕੇ ਕਹਿੰਦੇ ਹਨ ਕਿ ਚੱਕੋ ਆਪਣੀ ਇੱਥੋਂ ਟਿੰਡ ਪੌੜੀ ਅਤੇ ਇੱਥੋਂ ਨਿਕਲ ਜਾਓ ਇੱਥੇ। ਪਰ ਉਦੋਂ ਲੰਗਰ ਤਿਆਰ ਹੋ ਰਿਹਾ ਹੁੰਦਾ ਹੈ। ਇੱਕ ਸਿੱਖ ਕਹਿੰਦਾ ਹੈ ਕਿ ਅਸੀਂ ਲੰਗਰ ਛੱਕ ਕੇ ਇੱਥੋਂ ਚਲੇ ਜਾਵਾਂਗੇ ਤੇ ਸਿਪਾਹੀ ਉੱਥੇ ਜਾ ਕੇ ਉਹ ਜਸਪਤ ਰਾਏ ਨੂੰ ਕਹਿੰਦੇ ਹਨ ਕਿ ਸਿੱਖਾਂ ਨੇ ਤਾਂ ਆਪਣੇ ਉੱਥੇ ਪੱਕੇ ਡੇਰੇ ਲਗਾ ਲਏ ਹਨ ਤੇ ਸਿੱਖ ਉੱਥੋਂ ਹੁਣ ਨਹੀਂ ਹਿੱਲਦੇ ਤੇ ਜਸਪਤ ਰਾਏ ਬੜੇ ਹੰਕਾਰ ਦੇ ਵਿੱਚ ਹਾਥੀ ਉੱਤੇ ਚੜ੍ਹ ਕੇ ਆਪਣੀ ਫੌਜ ਲੈ ਕੇ ਆਉਂਦਾ ਹੈ ਅਤੇ ਸਿੱਖਾਂ ਦੇ ਉੱਤੇ ਹਮਲਾ ਕਰ ਦਿੰਦਾ ਹੈ। ਜਦੋਂ ਜਸਪਤ ਰਾਏ ਹਮਲਾ ਕਰਦਾ ਹੈ ਤਾਂ ਸਿੱਖਾਂ ਦੇ ਹੱਥਾਂ ਦੇ ਵਿੱਚ ਜੋ ਵੀ ਹੁੰਦਾ ਹੈ, ਕਿਸੇ ਦੇ ਹੱਥ ਵਿੱਚ ਖੁਰਚਣਾ, ਕਿਸੇ ਦੇ ਹੱਥ ਦੇ ਵਿੱਚ ਬਾਲਟੀ, ਉਹ ਉਦਾਂ ਹੀ ਲੜਨ ਲੱਗ ਜਾਂਦੇ ਨੇ ਮੁਗਲਾਂ ਦੇ ਨਾਲ। ਜਸਪਤ ਰਾਏ ਤੀਰਾਂ ਦੀ ਬੁਛਾਰ ਕਰ ਰਿਹਾ ਸਿੱਖਾਂ ਨੂੰ ਧੜਾਧੜ ਮਾਰ ਰਿਹਾ ਹੁੰਦਾ ਹੈ ਤੇ ਸਿੱਖਾਂ ਦੇ ਵਿੱਚ ਇੱਕ ਭਾਈ ਨਿਬਾਹੂ ਸਿੰਘ ਸੀ, ਗੁਰੂ ਜੀ ਦਾ ਰੰਗਰੇਟਾ ਸਿੱਖ, ਬਹੁਤ ਫਰਤੀਲਾ ਸੀ ਤੇ ਉਹ ਭੱਜ ਕੇ ਜਾਂਦਾ ਹੈ। ਪਿੱਛੋਂ ਦੀ ਹਾਥੀ ਦੀ ਪੂਛ ਫੜ ਕੇ ਹਾਥੀ ਦੇ ਉੱਪਰ ਚੜ੍ਹ ਜਾਂਦਾ ਹੈ। ਚੜ੍ਹਨ ਸਾਰ ਹੀ ਉਹ ਅੱਖ ਝਪਕਦੇ ਹੀ ਆਪਣੀ ਤਲਵਾਰ ਕੱਢਦਾ ਹੈ ਤੇ ਜਸਪਤ ਰਾਏ ਦਾ ਸਿਰ ਵੱਢ ਦਿੰਦਾ ਹੈ ਤੇ ਜਸਪਤ ਰਾਏ ਦਾ ਸਰੀਰ ਹਾਥੀ ਤੇ ਹੀ ਪਿਆ ਰਹਿ ਜਾਂਦਾ ਹੈ ਅਤੇ ਉਸ ਦੀ ਧੌਣ ਥੱਲੇ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ ਤੇ ਇਹ ਦੇਖ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਸਾਰੀ ਫੌਜ ਭੱਜ ਜਾਂਦੀ ਹੈ ਤੇ ਫਿਰ ਜਸਪਤ ਰਾਏ ਦਾ ਇੱਕ ਗੁਰੂ ਸੀ ਕਿਰਪਾ ਰਾਮ, ਫਿਰ ਉਹ ਸਿੱਖਾਂ ਦੇ ਕੋਲ ਆਉਂਦਾ ਹੈ ਅਤੇ ਸਿੱਖਾਂ ਨੂੰ ਕਹਿੰਦਾ ਹੈ ਕਿ ਜਸਪਤ ਰਾਏ ਦਾ ਸਿਰ ਸਾਨੂੰ ਵਾਪਸ ਕਰ ਦਿਓ। ਜਸਪਤ ਰਾਏ ਜੋ ਕਿ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਂਦਾ ਸੀ, ਅੱਜ ਉਸ ਦਾ ਸਿਰ ਹੀ ਸਿੱਖਾਂ ਦੇ ਕੋਲ ਪਿਆ ਸੀ। ਸਿੱਖ ਕਹਿੰਦੇ ਹਨ ਕਿ ਕੋਈ ਗੱਲ ਨਹੀਂ, ਮੁੱਲ ਦਿਓ ਅਤੇ ਉਸ ਦਾ ਸਿਰ ਲੈ ਜਾਓ ਤੇ ਫਿਰ ਉਸ ਦੇ ਗੁਰੂ ਨੂੰ ਉਸ ਦੇ ਜਸਪਤ ਰਾਏ ਦੇ ਸਿਰ ਦੇ 500 ਰੁਪਏ ਸਿੱਖਾਂ ਨੂੰ ਦੇਣੇ ਪਏ ਤੇ ਫਿਰ ਸਿੱਖਾਂ ਨੇ ਜਸਪਤ ਰਾਏ ਦਾ ਸਿਰ ਉਹਨਾਂ ਨੂੰ ਵਾਪਸ ਕੀਤਾ। ਜਸਪਤ ਰਾਏ ਦਾ ਭਰਾ ਲਖਪਤ ਰਾਏ ਉਹ ਇਹ ਗੱਲ ਸੁਣ ਕੇ ਅੱਗ ਬਬੂਲਾ ਹੋ ਜਾਂਦਾ ਹੈ ਅਤੇ ਉਸ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਗੁੱਸੇ ਦੇ ਵਿੱਚ ਜਹੀਆ ਖਾਨ ਦੇ ਦਰਬਾਰ ਵਿੱਚ ਜਾਂਦਾ ਹੈ ਅਤੇ ਆਪਣੀ ਪੱਗ ਨੂੰ ਉਤਾਰ ਕੇ ਰੱਖ ਦਿੰਦਾ ਹੈ ਤੇ ਕਹਿੰਦਾ ਹੈ ਕਿ ਜਿੰਨਾ ਚਿਰ ਮੈਂ ਸਿੱਖਾਂ ਦਾ ਖੁਰਾ ਖੁਜ ਮਿਟਾ ਨਹੀਂ ਦਿੰਦਾ, ਉਹਨਾਂ ਚਿਰ ਮੈਂ ਆਪਣੀ ਪੱਗ ਆਪਣੇ ਸਿਰ ਉੱਪਰ ਨਹੀਂ ਰੱਖਦਾ। ਤੇ ਫਿਰ ਉਸਨੇ ਸਿੱਖਾਂ ਦੇ ਉੱਪਰ ਆਪਣੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਤੇ ਉਸਨੇ 1000 ਸਿੱਖਾਂ ਨੂੰ ਫੜ ਕੇ ਲਾਹੌਰ ਦੇ ਨਿਜਾਜ ਚੌਂਕ ਵਿੱਚ ਲੈ ਆਉਂਦਾ, ਜਦਕਿ ਜਿਨ੍ਹਾਂ ਦਾ ਉਸਦੇ ਭਰਾ ਨੂੰ ਮਾਰਨ ਦੇ ਵਿੱਚ ਕੋਈ ਵੀ ਰੌਲਾ ਨਹੀਂ ਸੀ। ਉਹਨਾਂ ਦੇ ਵਿੱਚ ਕੋਈ ਦੁਕਾਨਦਾਰ ਸੀ ਅਤੇ ਕੋਈ ਆਮ ਕਿਰਤੀ ਬੰਦਾ ਸੀ ਤੇ ਕੁਝ ਨੂੰ ਘਰਾਂ ਦੇ ਵਿੱਚੋਂ ਚੁੱਕ ਕੇ ਲੈ ਆਉਂਦਾ ਗਿਆ ਤੇ ਉੱਥੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। 1000 ਸਿੱਖਾਂ ਨੂੰ ਇੱਕੋ ਦਿਨ ਅਤੇ ਲਾਹੌਰ ਦੀਆਂ ਗਲੀਆਂ ਸਿੱਖਾਂ ਦੇ ਖੂਨ ਨਾਲ ਰੰਗੀਆਂ ਗਈਆਂ ਤੇ ਨਾਲੀਆਂ ਵਿੱਚ ਵੀ ਸਿੱਖਾਂ ਦਾ ਖੂਨ ਵਹਿ ਰਿਹਾ ਸੀ। ਉਹ ਇੱਥੇ ਨਾ ਹਟੇ, ਉਹਨਾਂ ਨੇ ਕੀ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿਣ 'ਤੇ ਵੀ ਬੈਨ ਲਗਾ ਦਿੱਤਾ ਸੀ। ਕਹਿੰਦੇ ਸੀ ਕਿ ਗੁਰੂ ਨਹੀਂ ਕਹਿਣਾ, ਇੱਥੋਂ ਤੱਕ ਕਿ ਉਹਨਾਂ ਨੇ ਗੁੜ ਕਹਿਣ 'ਤੇ ਵੀ ਬੈਨ ਲਗਾ ਦਿੱਤਾ ਸੀ ਕਿਉਂਕਿ ਗੁੜ ਜਦੋਂ ਕਹਿੰਦੇ ਹਨ ਤਾਂ ਉਸ ਦੇ ਵਿੱਚ ਗੁਰੂ ਸੁਣਾਈ ਦਿੰਦਾ ਹੈ। ਉਹਨਾਂ ਕਿਹਾ ਕਿ ਗੁੜ ਨਹੀਂ ਕਹਿਣਾ, ਢੇਲੀ ਕਹਿਣਾ ਹੈ। ਫਿਰ ਕਹਿੰਦਾ ਹੈ ਕਿ ਲੱਭ ਲੱਭ ਕੇ ਲਿਆਓ ਸਿੱਖਾਂ ਨੂੰ, ਮੈਂ ਜਿਹੜਾ ਵੀ ਸਿੱਖਾਂ ਨੂੰ ਲੱਭ ਕੇ ਲਿਆਊਗਾ ਮੈਂ ਉਹਨਾਂ ਨੂੰ ਇਨਾਮ ਦੇਵਾਂਗਾ ਤੇ ਕਹਿੰਦਾ ਹੈ ਕਿ ਇਕੱਲਾ ਇਕੱਲਾ ਸਿੱਖ ਮੈਂ ਮਾਰਨਾ ਹੈ ਅਤੇ ਇੱਕ ਵੀ ਸਿੱਖ ਨਹੀਂ ਰਹਿਣ ਦੇਣਾ। ਤੇ ਫਿਰ ਬਹੁਤ ਸਾਰੇ ਸਿੱਖ ਜੰਗਲਾਂ ਦੇ ਵਿੱਚ ਭੱਜ ਗਏ ਅਤੇ ਕੁਝ ਪਹਾੜਾਂ ਤੇ ਚਲੇ ਗਏ
ਤੇ ਫਿਰ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੇ ਵੱਡੇ ਵੱਡੇ ਜਰਨੈਲਾਂ ਨੂੰ ਸੁਨੇਹੇ ਭੇਜੇ ਤੇ ਕਾਹਨੂੰਵਾਨ ਦੇ ਜੰਗਲਾਂ ਦੇ ਵਿੱਚ ਇਕੱਠੇ ਹੋਣ ਲਈ ਕਿਹਾ। ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਤੇ ਭਾਈ ਸੁਖਾ ਸਿੰਘ ਜੀ ਜੋ ਕਿ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਆਏ ਸੀ ਤੇ ਭਾਈ ਚੜ੍ਹਤ ਸਿੰਘ ਸੁਕਰਚਰੀਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਨ। ਵੱਡੇ ਵੱਡੇ ਸਿੱਖ ਜਰਨੈਲ ਉੱਥੇ ਇਕੱਠੇ ਹੋਏ। ਉਸ ਦੇ ਇੱਕ ਪਾਸੇ ਪਹਾੜ ਸੀ ਅਤੇ ਇੱਕ ਪਾਸੇ ਰਾਵੀ ਦਰਿਆ ਸੀ। ਉੱਥੇ ਜੋ ਸਿੱਖ ਇਕੱਠੇ ਹੋਏ ਸਨ ਉਹਨਾਂ ਦੀ 15 ਤੋਂ 20 ਹਜ਼ਾਰ ਗਿਣਤੀ ਸੀ ਤੇ ਜਦੋਂ ਇਹ ਗੱਲ ਲਖਪਤ ਰਾਏ ਨੂੰ ਪਤਾ ਲੱਗੀ ਤਾਂ ਉਹ ਆਪਣੀ 50,000 ਫੌਜ ਦੀ ਟੁਕੜੀ ਲੈ ਕੇ ਗਿਆ ਯਹੀਆ ਖਾਨ ਤੋਂ ਤੇ ਸਿੱਖਾਂ ਨੂੰ ਉੱਥੇ ਘੇਰਾ ਪਾ ਲਿਆ। ਇਸ ਦੀ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਸਿੱਖ ਇਸ ਦੇ ਕਾਬੂ ਵਿੱਚ ਨਾ ਆਏ। ਆਪਸ ਵਿੱਚ ਲੜਾਈ ਚੱਲਦੀ ਗਈ। ਜਸਪਤ ਰਾਏ ਦੇ ਵੱਡੇ ਵੱਡੇ ਯੋਧੇ ਵੀ ਮਾਰੇ ਗਏ, ਇਸ ਦਾ ਮੁੰਡਾ ਵੀ ਮਾਰਿਆ ਗਿਆ ਅਤੇ ਯਹੀਆ ਖਾਨ ਦਾ ਮੁੰਡਾ ਵੀ ਮਾਰਿਆ ਗਿਆ ਤੇ ਫਿਰ ਇਹ ਬੌਂਦਲ ਗਿਆ। 3 ਮਹੀਨੇ ਸਿੱਖਾਂ ਨੂੰ ਉੱਥੇ ਜੰਗਲ ਦੇ ਵਿੱਚ ਘੇਰਾ ਪਾਈ ਰੱਖਿਆ ਅਤੇ ਸਿੱਖਾਂ ਦੇ ਕੋਲ ਖਾਣ ਪੀਣ ਦਾ ਸਮਾਨ ਵੀ ਮੁੱਕ ਗਿਆ। ਲਖਪਤ ਰਾਏ ਕਹਿੰਦਾ ਹੈ ਕਿ ਜੰਗਲ ਨੂੰ ਵੱਢ ਦਿਓ, ਪਰ ਇੰਨਾ ਵੱਡਾ ਜੰਗਲ ਵੱਢਣਾ ਕਿਹੜਾ ਸੌਖਾ ਪਿਆ ਸੀ। ਫਿਰ ਇਸਨੇ ਕੀ ਕੀਤਾ ਕਿ ਇੱਕ ਬਨੇ ਪਹਾੜੀਆਂ ਦੇ ਲੋਕ ਜੋ ਕਿ ਹੱਥਾਂ ਵਿੱਚ ਪੱਥਰ ਲੈ ਕੇ ਦੇਖ ਰਹੇ ਸਨ ਕਿ ਅਗਰ ਸਿੱਖ ਇੱਧਰ ਨੂੰ ਨਿਕਲਣ ਤਾਂ ਅਸੀਂ ਉਹਨਾਂ ਦੇ ਉੱਪਰ ਹਮਲਾ ਕਰ ਦਈਏ ਤੇ ਇੱਕ ਸਾਈਡ ਰਾਵੀ ਦਰਿਆ ਵਗ ਰਿਹਾ ਸੀ ਅਤੇ ਤੀਸਰੀ ਸਾਈਡ ਲਖਪਤ ਰਾਏ ਦੀ ਫੌਜ ਸੀ ਅਤੇ ਚੌਥੀ ਸਾਈਡ ਤੋਂ ਇਸਨੇ ਕੀ ਕੀਤਾ ਕਿ ਜੰਗਲ ਨੂੰ ਅੱਗ ਲਗਾ ਦਿੱਤੀ। ਬਹੁਤ ਸਾਰੇ ਸਿੱਖ ਅੱਗ ਦੇ ਵਿੱਚ ਝੁਲਸ ਗਏ ਅਤੇ 8,000 ਸਿੱਖ ਉੱਥੇ ਸ਼ਹੀਦ ਹੋ ਗਏ। ਜੋ ਭੱਜ ਨਾ ਸਕੇ, ਜੋ ਅੱਧੇ ਜਲ ਗਏ ਸੀ, ਉਹਨਾਂ ਕੀ ਕੀਤਾ ਕਿ ਉਹਨਾਂ ਨੂੰ ਫੜ ਕੇ ਲੈ ਆਉਂਦਾ। 16 ਮਈ 1746 ਦੀ ਗੱਲ ਹੈ। ਉਹਨਾਂ ਕੀ ਕੀਤਾ ਕਿ ਉਹਨਾਂ ਸਿੱਖਾਂ ਨੂੰ ਵੀ ਉਸੇ ਲਾਹੌਰ ਚੌਂਕ ਦੇ ਵਿੱਚ ਲੈ ਕੇ ਗਿਆ ਤੇ ਉਸੇ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ 3,000 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। 3,000 ਸਿੱਖਾਂ ਨੂੰ ਇੱਕੋ ਦਿਨ ਵਿੱਚ ਸ਼ਹੀਦ ਕੀਤਾ ਗਿਆ, ਜਿਸ ਦੇ ਨਾਲ ਸਿੱਖਾਂ ਦੀਆਂ ਗਰਦਨਾਂ ਤੇ ਢੇਰ ਲੱਗ ਗਏ। ਸਿੱਖਾਂ ਦੇ ਖੂਨ ਦੀਆਂ ਨਦੀਆਂ ਵਗਾ ਦਿੱਤੀਆਂ ਗਈਆਂ। ਇਹਨਾਂ ਪਾਪੀਆਂ ਨੇ ਕੀ ਕੀਤਾ ਕਿ ਉੱਥੇ ਦੀਆਂ ਮਸਜਿਦਾਂ ਦੇ ਫਰਸ਼ਾਂ ਨੂੰ ਸਿੱਖਾਂ ਦੇ ਲਹੂਆਂ ਦੇ ਨਾਲ ਧੋਤਾ ਤੇ ਸਿੱਖਾਂ ਨੂੰ ਟੋਇਆਂ ਦੇ ਵਿੱਚ ਦੱਬ ਦਿੱਤਾ ਗਿਆ ਤੇ ਕਈਆਂ ਨੂੰ ਖੂਹਾਂ ਦੇ ਵਿੱਚ ਸੁੱਟ ਦਿੱਤਾ ਤੇ ਜੋ ਆਪਣੇ ਨਵੇਂ ਘਰ ਬਣਾ ਰਹੇ ਸਨ ਉਹਨਾਂ ਨੇ ਆਪਣੀਆਂ ਨੀਹਾਂ ਦੇ ਵਿੱਚ ਸਿੱਖਾਂ ਦੇ ਸਿਰਾਂ ਨੂੰ ਦਿੱਤਾ। ਸਿੱਖਾਂ ਉੱਤੇ ਇੰਨਾ ਵੱਡਾ ਜ਼ੁਲਮ ਕੀਤਾ ਗਿਆ ਕਿ ਉਸ ਨੂੰ ਇੱਕ ਛੋਟਾ ਘੱਲੂਘਾਰਾ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਕਹਿਣ ਨੂੰ ਇਹ ਸ਼ਬਦ ਬਹੁਤ ਹੀ ਛੋਟਾ ਹੈ, ਪਰ ਇਸ ਦੀਆਂ ਸ਼ਹਾਦਤਾਂ ਬਹੁਤ ਹੀ ਵੱਡੀਆਂ ਹਨ। ਅਗਰ ਕਿਸੇ ਇੱਕ ਪਰਿਵਾਰ ਦਾ ਇੱਕ ਜੀ ਹੀ ਮਰ ਜਾਵੇ ਤਾਂ ਉਸ ਨੂੰ ਸਾਰੀ ਉਮਰ ਯਾਦ ਕਰਦੇ ਰਹਿੰਦੇ ਹਨ ਤੇ ਸਾਰੀ ਉਮਰ ਨਹੀਂ ਭੁੱਲ ਪਾਉਂਦੇ, ਪਰ ਉੱਥੇ ਜਿਹੜੀ ਆਪਣੀ ਕੌਮ ਹੈ ਇਹ ਹਜੇ ਵੀ ਕਾਇਮ ਹੈ ਅਤੇ ਪੂਰੀ ਦੁਨੀਆਂ ਦੇ ਵਿੱਚ ਇਸ ਦੇ ਝੰਡੇ ਝੂਲ ਰਹੇ ਹਨ। ਇਸ ਦੇ ਲਈ ਬਹੁਤ ਸਾਰੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਨੇ ਇਸ ਕੌਮ ਦੇ ਲਈ। ਕਹਿੰਦੇ ਨੇ ਕਿ ਜੋ ਇੱਕ ਬੀਜ ਉਹ ਖਤਮ ਹੋ ਜਾਂਦਾ ਹੈ, ਪਰ ਇੱਕ ਸੰਘਣਾ ਰੁੱਖ ਛੱਡ ਜਾਂਦਾ ਹੈ। ਕੁਝ ਸਮਾਂ ਬੀਤਿਆ ਤੇ 1 ਸਾਲ ਦੇ ਵਿੱਚ ਹੀ ਸਿੱਖ ਕੌਮ ਉੱਭਰ ਕੇ ਸਾਹਮਣੇ ਆ ਗਈ। ਇੱਕ ਕੌਮ ਦੇ 30,000 ਲੋਕ ਮਾਰ ਦਿੱਤੇ ਜਾਣ ਤਾਂ ਸੈਂਕੜਾ ਸਾਲ ਲੱਗ ਜਾਂਦੇ ਹਨ ਉਹਨਾਂ ਨੂੰ ਉਭਰਨ ਦੇ ਲਈ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ 1 ਸਾਲ ਦੇ ਵਿੱਚ ਹੀ ਦੁਬਾਰਾ ਖੜੇ ਹੋ ਗਏ। 1 ਸਾਲ ਦੇ ਬਾਅਦ ਵਿੱਚ ਹੀ ਇੱਕ ਕਿਲ੍ਹਾ ਤਿਆਰ ਕਰ ਲਿਆ ਗਿਆ ਸਿੱਖਾਂ ਨੇ। ਫਿਰ ਲਖਪਤ ਰਾਏ ਦਾ ਕੀ ਹੋਇਆ? ਯਹੀਆ ਖਾਨ ਦਾ ਭਰਾ ਸ਼ਾਹਨਵਾਜ਼ ਤਖਤਾ ਪਲਟ ਕਰ ਦਿੰਦਾ ਹੈ ਤੇ ਸ਼ਾਹਨਵਾਜ਼ ਲਾਹੌਰ ਦੀ ਗੱਦੀ ਉੱਪਰ ਬੈਠ ਜਾਂਦਾ ਹੈ। ਯਹੀਆ ਖਾਨ ਖੁਦ ਤਾਂ ਭੱਜ ਜਾਂਦਾ ਹੈ। ਸ਼ਾਹਨਵਾਜ਼ ਕੋੜਾਮਲ ਨੂੰ ਆਪਣਾ ਵਜ਼ੀਰ ਲਗਾ ਦਿੰਦਾ ਹੈ ਤੇ ਸ਼ਾਹਨਵਾਜ਼ ਲਖਪਤ ਰਾਏ ਨੂੰ 3 ਲੱਖ ਦਾ ਜੁਰਮਾਨਾ ਕਰ ਦਿੰਦਾ ਹੈ। ਜੋ ਸ਼ਾਹਨਵਾਜ਼ ਦਾ ਵਜ਼ੀਰ ਹੈ ਕੋੜਾਮਲ, ਉਸਦਾ ਸਿੱਖਾਂ ਦੇ ਨਾਲ ਇੱਕ ਰਿਸ਼ਤਾ ਰਿਹਾ ਹੈ। ਜਦੋਂ 3 ਮਹੀਨੇ ਸਿੱਖਾਂ ਨੂੰ ਘੇਰੀ ਰੱਖਿਆ ਸੀ ਤਾਂ ਇਸਨੇ ਸਿੱਖਾਂ ਦੀ ਬਹੁਤ ਹੀ ਮਦਦ ਕੀਤੀ ਸੀ। ਉਸ ਟਾਈਮ ਸਿੱਖਾਂ ਦੇ ਕੋਲ ਖਾਣ ਲਈ ਕੁਛ ਨਹੀਂ ਸੀ।
ਉਸ ਟਾਈਮ ਕੋੜਾਮਲ ਨੇ ਇਧਰੋਂ ਗੱਡੀਆਂ ਗੱਡੇ ਭਰ ਕੇ ਖਾਣੇ ਦੇ ਜੰਗਲ ਵੱਲ ਨੂੰ ਭੇਜ ਦਿੱਤੇ ਅਤੇ ਸਿੱਖਾਂ ਨੂੰ ਕਿਹਾ ਕਿ ਉਹਨਾਂ ਨੂੰ ਲੁੱਟ ਲਿਓ। ਸਿੱਖ ਇਸ ਨੂੰ ਪਿਆਰ ਨਾਲ ਮਿੱਠਾ ਮਲ ਕਹਿੰਦੇ ਸੀ। ਉਸ ਤੋਂ ਬਾਅਦ ਵੀ ਉਹ ਸਿੱਖਾਂ ਦੀ ਕਿਵੇਂ ਮਦਦ ਕਰਦਾ ਹੈ ਕਿ ਲਖਪਤ ਰਾਏ ਦੇ ਉੱਪਰ ਜੋ ਸ਼ਾਹਨਵਾਜ਼ ਨੇ 300,000 ਦਾ ਜੁਰਮਾਨਾ ਲਗਾਇਆ ਹੁੰਦਾ ਹੈ, ਉਹ ਸ਼ਾਹਨਵਾਜ਼ ਨੂੰ ਕਹਿੰਦਾ ਹੈ ਕਿ ਉਹ ਜੁਰਮਾਨਾ ਜੇਕਰ ਮੈਂ ਅਦਾ ਕਰ ਦੇਵਾਂ ਤਾਂ ਕਿ ਲਖਪਤ ਰਾਏ ਨੂੰ ਮੇਰੇ ਹਵਾਲੇ ਕਰ ਦਿੱਤਾ ਜਾਵੇਗਾ। ਅਤੇ ਸ਼ਾਹਨਵਾਜ਼ ਇਸ ਗੱਲ ਦੇ ਲਈ ਮੰਨ ਜਾਂਦਾ ਹੈ। ਅਤੇ ਕੋੜਾਮਲ ਜੋ ਕਿ ਸ਼ਾਹਨਵਾਜ਼ ਦਾ ਵਜ਼ੀਰ ਹੁੰਦਾ ਹੈ, ਉਹ ਉਸਦਾ 300,000 ਰੁਪਇਆ ਜੁਰਮਾਨਾ ਅਦਾ ਕਰਕੇ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕਰ ਦਿੰਦਾ ਹੈ ਅਤੇ ਸਿੱਖਾਂ ਨੂੰ ਕਹਿੰਦਾ ਹੈ ਕਿ ਮੈਂ ਇਸ ਦੇ ਬਦਲੇ ਕੁਝ ਵੀ ਨਹੀਂ ਲਵਾਂਗਾ, ਜੋ ਵੀ ਤੁਸੀਂ ਇਸ ਦੇ ਨਾਲ ਕਰਨਾ ਚਾਹੁੰਦੇ ਹੋ ਕਰ ਲਵੋ। ਜੋ ਲਖਪਤ ਰਾਏ ਸੀ, ਇਸ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਦੇ ਵਿੱਚ ਕੂੜਾ ਭਰ ਦਿੱਤਾ ਸੀ ਅਤੇ 30,000 ਸਿੱਖਾਂ ਨੂੰ ਵੀ ਸ਼ਹੀਦ ਕੀਤਾ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਅਗਨ ਭੇਟ ਕਰ ਦਿੱਤਾ ਸੀ। ਅਤੇ ਜੋ ਕਹਿੰਦਾ ਸੀ ਕਿ ਮੈਂ ਸਿੱਖਾਂ ਦਾ ਖੁਰਾ ਖੁਜ ਮਿਟਾ ਦੇਵਾਂਗਾ, ਅੱਜ ਉਹ ਸਿੱਖਾਂ ਦੇ ਹੱਥਾਂ ਦੇ ਵਿੱਚ ਆਇਆ ਹੋਇਆ ਸੀ। ਫਿਰ ਇਸ ਦਾ ਕੀ ਕੀਤਾ ਕਿ ਇੱਕ ਵੱਡਾ ਸਾਰਾ ਟੋਇਆ ਪੁੱਟਿਆ ਗਿਆ, ਜਿਸ ਦੇ ਵਿੱਚ ਲਖਪਤ ਰਾਏ ਨੂੰ ਸੁੱਟ ਦਿੱਤਾ ਗਿਆ ਅਤੇ ਉਸ ਦੇ ਉੱਪਰੋਂ ਸਾਰਾ ਢੱਕ ਦਿੱਤਾ ਅਤੇ ਉੱਪਰੋਂ ਛੋਟੀ ਜੀ ਇੱਕ ਜਗ੍ਹਾ ਛੱਡ ਦਿੱਤੀ ਗਈ। ਅਤੇ ਸਿੱਖ ਉਸ ਟੋਏ ਦੇ ਵਿੱਚ ਜਾ ਕੇ ਜੰਗਲ ਪਾਣੀ ਕਰਕੇ ਆਇਆ ਕਰਦੇ ਸੀ ਅਤੇ ਉਹ ਮਿੰਨਤਾਂ ਕਰਿਆ ਕਰਦਾ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ, ਮੈਨੂੰ ਬਾਹਰ ਕੱਢ ਲਵੋ, ਇਹ ਨਰਕ ਹੈ, ਮੈਂ ਨਰਕ ਦੇ ਵਿੱਚ ਪਿਆ ਹੋਇਆ ਹਾਂ, ਮੈਨੂੰ ਬਾਹਰ ਕੱਢ ਲਵੋ। ਅਤੇ ਬਾਅਦ ਦੇ ਵਿੱਚ ਸਿੱਖਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਕਿਸੇ ਬਿਮਾਰੀ ਦੇ ਲੱਗਣ ਕਰਕੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਅੰਤ ਹੋਇਆ ਸੀ ਲਖਪਤ ਰਾਏ ਦਾ।